ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਔਰ ਤੁਹਾਡਾ ਬਾਬਾ ਜੀ ਅੱਜ ਆਪਣੇ ਦੰਦਾਂ ਦੀ ਸਫਾਈ ਕਰਵਾਉਣ ਵਾਸਤੇ ਆਇਆ ਅਤੇ ਇੱਥੇ ਆ ਕੇ ਪਤਾ ਚੱਲਿਆ ਬਹੁਤ ਜ਼ਿਆਦਾ ਸਾਰੀਆਂ ਚੀਜ਼ਾਂ ਐਸੀਆਂ ਨੇ ਜਿਹੜੀਆਂ ਕਿ ਸਾਨੂੰ ਪੜ੍ਹਾਈਆਂ ਨਹੀਂ ਜਾਂਦੀਆਂ ਨਾ ਹੀ ਦੱਸੀਆਂ ਜਾਂਦੀਆਂ ਨੇ ਕਿ ਅਗਰ ਦੰਦ ਤੁਸੀਂ ਸਹੀ ਸਾਫ਼ ਕਰਦੇ ਹੋ ਪਾਕਿਸਤਾਨ ਔਰ ਸਭ ਕੋਂਟੀਨੈਂਟ ਦੇ ਲੋਕ ਪੂਰੇ ਕੋਂਟੀਨੈਂਟ ਦੇ ਲੋਕ ਜਿਹੜੇ ਨੇ ਉਹ ਦੰਦ ਬਹੁਤ ਅੱਛੇ ਤਰੀਕੇ ਨਾਲ ਸਾਫ਼ ਕਰਦੇ ਨੇ ਲੇਕਿਨ ਦੋ ਦੰਦਾਂ ਦੇ ਵਿਚਕਾਰ ਜਿਹੜੀਆਂ ਚੀਜ਼ਾਂ ਫਸ ਜਾਂਦੀਆਂ ਨੇ ਉਹਨਾਂ ਨੂੰ ਸਾਫ਼ ਕਰਨ ਬਾਰੇ ਕੋਈ ਵੀ ਨਹੀਂ ਸੋਚਦਾ ਜਿਹਦੇ ਵਾਸਤੇ ਜਿਹਨੂੰ ਕਿ ਫਲੋਸੀ ਕਿਹਾ ਜਾਂਦਾ ਫਲੋਸੀ ਜਿਹੜੀ ਹੈ ਉਹ ਇੱਕ ਬਾਕਾਇਦਾ ਤੌਰ 'ਤੇ ਇੱਕ ਮੈਡੀਕਲ ਦਾ ਧਾਗਾ ਮਿਲਦਾ ਜਿਹਨੂੰ ਕਿ ਤੁਸੀਂ ਇੱਦਾਂ ਦੇਖ ਸਕਦੇ ਹੋ ਤੁਸੀਂ ਜੇਬ 'ਚ ਲੈ ਕਰੋਗੇ ਡੈਂਟਲ ਫਲੋਸ ਹਾਂਜੀ ਇਹ ਫਲੋਸ ਹੈ ਜੀ ਇਹ ਇਹਦੇ ਵਿੱਚੋਂ ਨਿਕਲਦਾ ਧਾਗਾ ਜਿਹਨੂੰ ਕਿ ਇਹ ਫਲੋਸੀ ਹੈ ਜੀ ਜੀ ਠੀਕ ਹੈ ਜੀ ਇਹਨੂੰ ਕਿਸ ਤਰੀਕੇ ਨਾਲ ਯੂਜ਼ ਕਰਨਾ ਹੁਣ ਇਹ ਡਾਕਟਰ ਸਾਹਿਬ ਦੱਸਣਗੇ ਕਿ ਵੀ ਕਿਸ ਤਰੀਕੇ ਨਾਲ ਯੂਜ਼ ਕਰਨਾ ਐਂ ਕਰਕੇ ਬਲੀਡਿੰਗ ਹੋਏਗੀ ਕਿਉਂਕਿ ਇੱਕ ਵਾਰੀ ਇਹ ਸਫਾਈ ਕਰਦੇ ਜਦੋਂ ਤੁਸੀਂ ਕਰਦੇ ਹੋ ਕੋਈ ਚੀਜ਼ ਵੀ ਸਾਫ਼ ਕਰਦੇ ਹੋ ਤੇ ਦੋ ਦੰਦਾਂ ਦੇ ਦਰਮਿਆਨ ਕੁਛ ਲੋਕਾਂ ਦਾ ਆਈਡੀਆ ਬਹੁਤ ਗਲਤ ਹੈ ਲੋਕਾਂ ਨੂੰ ਗਲਤ ਗਾਈਡ ਕਰਦੇ ਨੇ ਕਿ ਵੀ ਤੁਸੀਂ ਅਗਰ ਇਹਦੇ ਨਾਲ ਇੰਜਨ ਸਾਫ਼ ਕੀਤਾ ਤਾਂ ਤੁਹਾਡੇ ਦੰਦਾਂ 'ਚ ਵਿਰਲ ਪੈ ਜਾਏਗੀ ਵਿਰਲ ਪੈ ਗਈ ਤਾਂ ਤੁਹਾਡੇ ਦੰਦ ਢਹਿ ਜਾਣਗੇ ਡਿੱਗ ਪੈਣਗੇ ਲੇਕਿਨ ਐਸਾ ਕੁਛ ਵੀ ਨਹੀਂ ਹੈ ਗਾਮਸ ਜਿਹੜੇ ਨੇ ਉਹ ਹਮੇਸ਼ਾ ਦੰਦ ਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕਰਦੇ ਨੇ ਜਦੋਂ ਇਹਨਾਂ ਦੇ ਵਿੱਚ ਚੀਜ਼ਾਂ ਫਸ ਜਾਂਦੀਆਂ ਨੇ ਆਸਤਾ ਆਸਤਾ ਕੈਵਿਟੀਜ਼ ਬਣਦੀਆਂ ਜਾਂਦੀਆਂ ਨੇ ਔਰ ਕੈਵਿਟੀਜ਼ ਦੇ ਨਾਲ ਨਾਲ ਇੱਥੋਂ ਪਲਾਕ ਜਮ੍ਹਾਂ ਆਉਂਦਾ ਪਲਾਕ ਜਿਹੜਾ ਸਖ਼ਤ ਹੋ ਕੇ ਤੁਹਾਡੇ ਦੰਦਾਂ ਨੂੰ ਨੁਕਸਾਨ ਪਹੁੰਚਾਉਂਦਾ ਔਰ ਤੁਹਾਨੂੰ ਇੰਝ ਲੱਗਦਾ ਤੁਹਾਡੇ ਦੰਦ ਆਪਸ 'ਚ ਜੁੜੇ ਨੇ ਅਸਲ ਵਿੱਚ ਉਹ ਦੰਦ ਜੁੜੇ ਨਹੀਂ ਹੁੰਦੇ ਉਹ ਅੰਦਰੋਂ ਅੰਦਰ ਮਾਸਖੋਰਾ ਲੱਗ ਜਾਂਦਾ ਬੁੱਢੇ ਹੱਡੇ ਦੀ ਬਿਮਾਰੀ ਲੱਗ ਜਾਂਦੀ ਹੈ ਜਿਹਦੀ ਵਜ੍ਹਾ ਨਾਲ ਤੁਹਾਡੇ ਦੰਦ ਜਿਹੜੇ ਨੇ 60-65 ਸਾਲ ਦੀ ਉਮਰ 'ਚ ਪਹੁੰਚਣ ਤੱਕ ਦੰਦ ਡਿੱਗ ਪੈਂਦੇ ਨੇ ਦੰਦਾਂ ਨੂੰ ਡਿੱਗਣਾ ਨਹੀਂ ਚਾਹੀਦਾ ਦੰਦ ਬਾਹਰ ਦੇ ਲੋਕਾਂ ਦੇ 90-90 ਸਾਲ ਤੱਕ ਦੰਦ ਇੰਝ ਲੱਗਦੇ ਨੇ ਜਿਵੇਂ ਕਿ ਮੋਤੀਆਂ ਦੀ ਲੜੀ ਪਰੋਈ ਹੋਵੇ ਮੈਂ ਡਾਕਟਰ ਸਾਹਿਬ ਕੋਲ ਆ ਜਾਇਆ ਕਿ ਮੇਰੇ ਦੰਦਾਂ ਨੂੰ ਮੋਤੀਆਂ ਵਾਂਗ ਸਾਫ਼ ਕਰ ਦਿਓ ਔਰ ਮੋਤੀਆਂ ਤਰ੍ਹਾਂ ਪਰੋ ਦਿਓ ਔਰ ਉਹਨੂੰ ਫਲੋਸ ਨੂੰ ਕਿਸ ਤਰੀਕੇ ਨਾਲ ਕਰਨਾ ਇਹ ਦੇਖੋ ਤੁਸੀਂ ਇਹ ਤੁਸੀਂ ਲਿਆ ਸੀ ਇਹਨੂੰ ਡਬਲ ਕਰਕੇ ਅਤੇ ਫਿਰ ਉਹਦੇ ਬਾਅਦ ਬਾਕੀ ਦਾ ਪ੍ਰੋਸੀਜਰ ਉਧਰ ਚੱਲਦਾ ਹੁਣ ਦੱਸਣਗੇ ਕਿ ਵੀ ਕਿਸ ਤਰੀਕੇ ਨਾਲ ਕਰਨਾ ਓਕੇ ਫਸਟ ਵੀ ਵਿਲ ਗੈਟ ਸਟਾਰਟਡ ਵਿਦ ਪੋਲਿਸ਼ਿੰਗ ਪਹਿਲਾਂ ਦੰਦਾਂ ਥੋੜ੍ਹੇ ਤੁਹਾਡੇ ਨੂੰ ਚਮਕਾ ਦਈਏ ਮੋਤੀ ਵਰਗੇ ਕਰ ਦਈਏ ਫਿਰ ਉਸ ਤੋਂ ਬਾਅਦ ਆਪਾਂ ਫਲੋਸਿੰਗ ਦੀ ਡੈਮੋਸਟ੍ਰੇਸ਼ਨ ਬਿਲਕੁਲ ਦੇਣੀ ਬਿਲਕੁਲ ਸਹੀ ਹੈ ਜੀ ਠੀਕ ਹੈ ਜੀ ਥੈਂਕ ਯੂ And what we're going to do, we're just going to start doing the polishing right now. You're just going to go all the way around the tooth and give it a massage to the gum. Okay. Did you feel any sensitivity that you know the left hand and we're starting to see it for the next step? Okay, now let's demonstrate flossing now. Okay, that's no problem. But keep it safe. Okay. Now floss. You need to rinse. ਓਕੇ ਬਾਬਾ ਜੀ ਹੁਣ ਆਪਾਂ ਸਾਇੰਟੀਫਿਕ ਤਰੀਕੇ ਨਾਲ ਡੈਮੋਸਟ੍ਰੇਸ਼ਨ ਦੇਵਾਂਗੇ ਕਿ ਫਲੋਸਿੰਗ ਕੀਤੀ ਕਿੱਦਾਂ ਜਾਂਦੀ ਹੈ ਜਿਹੜੀ ਫਲੋਸਿੰਗ ਹੈਗੀ ਉਹਦਾ ਸਹੀ ਤਰੀਕਾ ਕੀ ਹੈ ਉਹ ਹੁਣ ਆਪਾਂ ਐਕਚੁਅਲੀ ਤੁਹਾਨੂੰ ਡੈਮੋਸਟ੍ਰੇਟ ਕਰਕੇ ਦਿਖਾਵਾਂਗੇ ਕਾਲਾ ਕੈਨ ਯੂ ਪਲੀਜ਼ ਤੇ ਹੁਣ ਦੱਸਣ ਜਾ ਰਹੇ ਹਾਂ ਅਸੀਂ ਤੁਹਾਨੂੰ ਕਿ ਫਲੋਸਿੰਗ ਕਰਨੀ ਕਿੱਦਾਂ ਹੈ ਕਿਸ ਤਰ੍ਹਾਂ ਆਪਣੇ ਦੰਦਾਂ ਨੂੰ ਗਮਸ ਨੂੰ ਜਿਹੜੀ ਹੈ ਤੁਸੀਂ ਡੀਪ ਕਲੀਨਿੰਗ ਕਰਨੀ ਹੈ ਦੋ ਦੰਦਾਂ ਦੇ ਵਿਚਕਾਰ ਜਿਹੜੇ ਕਿ ਖੱਡੇ ਪਏ ਹੁੰਦੇ ਨੇ ਤੁਹਾਡੇ ਦੋ ਦੰਦਾਂ ਦੇ ਵਿਚਕਾਰ ਤੁਸੀਂ ਉਹਨਾਂ ਨੂੰ ਸਫਾਈ ਕਿੱਦਾਂ ਕਰਨੀ ਹੈ ਔਰ ਆਪਣੇ ਗਮਸ ਦੀ ਰੂਟਸ ਕਿਸ ਤਰ੍ਹਾਂ ਸਾਫ਼ ਕਰਨੀਆਂ ਖਾਸ ਕਰਕੇ ਤੁਸੀਂ ਜਦੋਂ ਗੋਸ਼ਤ ਖਾਂਦੇ ਹੋ ਕਿਸੇ ਚੀਜ਼ ਨੂੰ ਖਾਂਦੇ ਹੋ ਤਾਂ ਅਕਸਰ ਲੋਕਾਂ ਦੇ ਜਿਹੜੇ ਮਸੂੜੇ ਸੁੱਜ ਜਾਂਦੇ ਨੇ ਔਰ ਲੋਕ ਕੰਪਲੇਨ ਕਰਦੇ ਨੇ ਕਿ ਯਾਰ ਮੈਂ ਗੋਸ਼ਤ ਨਹੀਂ ਖਾ ਸਕਦਾ ਮੇਰੇ ਦੰਦਾਂ ਦੇ ਵਿੱਚ ਫਸ ਗਿਆ ਮੈਨੂੰ ਪੀੜ ਹੁੰਦੀ ਹੈ ਅਗਰ ਇਹ ਤਰੀਕਾ ਤੁਸੀਂ ਕਰੋ ਤਾਂ ਤੁਸੀਂ ਈਜ਼ੀਲੀ ਕੋਈ ਚੀਜ਼ ਵੀ ਖਾ ਸਕਦੇ ਹੋ ਲੇਕਿਨ ਉਹਦੇ ਬਾਅਦੋਂ ਇਹਦੀ ਡੀਪ ਕਲੀਨਿੰਗ ਜਿਹੜੀ ਧਾਗੇ ਦੇ ਨਾਲ ਹੈ ਫਲੋਸੀ ਦੇ ਨਾਲ ਹੈ ਫਲੋਸਿੰਗ ਦੇ ਪ੍ਰੋਸੈਸ ਦੇ ਨਾਲ ਜਿਹੜੀ ਕਰਨੀ ਹੈ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ
ਮੈਂ ਕਹਾਂਗਾ ਕਿ ਮੈਨੂੰ ਬੜਾ ਅੱਛਾ ਲੱਗਿਆ ਜਾਣ ਕੇ, ਹੁਣ ਮੈਂ ਆਪਣੇ ਦੰਦਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਅੱਛੇ ਤਰੀਕੇ ਨਾਲ ਕੇਅਰ ਕਰ ਸਕਾਂਗਾ ਔਰ ਮੈਂ ਆਪਣੇ ਦੰਦਾਂ ਨੂੰ ਜ਼ਿਆਦਾ ਅੱਛੇ ਤਰੀਕੇ ਨਾਲ ਬਚਾ ਸਕਾਂਗਾ ਜਿਸ ਤਰ੍ਹਾਂ ਕਿ ਪਹਿਲੇ ਸੀ। ਤੁਸੀਂ ਹੁਣ ਜਦੋਂ ਵੀ ਅੱਗੇ ਰੋਹਤਾਸ ਫੋਰਟ ਜਾਓ ਤਾਂ ਉੱਥੇ ਧਾਗਾ ਨਾਲ ਲੈ ਕੇ ਜਾਇਓ, ਮਿਰਜ਼ਾ ਬੇਗ ਜੀ ਨੂੰ ਵੀ ਦੇਣਾ ਅਤੇ ਸਾਰਿਆਂ ਨੂੰ ਮੇਰੇ ਵੱਲੋਂ ਇਹ ਪ੍ਰੈਜੈਂਟ, ਇਹ ਡੈਂਟਲ ਫਲੋਸ ਹੀ ਜਾਣਾ, ਹੋਰ ਮੈਂ ਕੁਛ ਨਹੀਂ ਭੇਜ ਰਿਹਾ। ਮੈਂ ਅਮਰੀਕਾ ਤੋਂ ਸਿਰਫ ਆ ਡੈਂਟਲ ਫਲੋਸ ਹੀ ਭੇਜ ਰਿਹਾ ਸਾਰੇ ਦੋਸਤਾਂ ਲਈ, ਇਹ ਪਿਸ਼ਾਵਰੀ ਸਿੰਘਾਂ ਲਈ ਵੀ ਇਹੀ ਭੇਜ ਰਿਹਾ। ਮੇਰੇ ਦੰਦ ਦੇਖ ਲਓ ਕਿੰਨੇ ਸੋਹਣੇ। ਬਿਲਕੁਲ ਜੀ, ਤੁਹਾਡੇ ਦੰਦ ਵਾਕਈ ਬਹੁਤ ਸੋਹਣੇ ਆ, ਸਾਫ ਹੋ ਗਏ। ਯੈਸ ਪਲੀਜ਼, ਥੈਂਕ ਯੂ। Okay, sir, we're gonna start to flossing, okay? The first time we need to put the floss between your teeth under the yugan, okay? We're gonna clean. ਇਹ ਜੀ ਡੈਂਟਲ ਫਲੋਸ ਦੇ ਨਾਲ ਹੁਣ ਧਾਗੇ ਦੇ ਨਾਲ ਆਪਾਂ ਦੋ ਦੰਦਾਂ ਦੇ ਵਿੱਚ ਜਿੱਥੇ ਕਿ ਟੁੱਥ ਬਰੱਸ਼ ਚੰਗੀ ਤਰ੍ਹਾਂ ਨਹੀਂ ਪਹੁੰਚਦਾ ਜਾਂ ਮਾਊਥ ਵਾਸ਼ ਚੰਗੀ ਤਰ੍ਹਾਂ ਨਹੀਂ ਪਹੁੰਚਦਾ ਉੱਥੇ ਸਫਾਈ ਹੋ ਰਹੀ ਹੈ। ਇਹ ਉਹ ਜਗ੍ਹਾ ਹੈ ਜਿੱਥੋਂ ਕਿ ਗਮ ਡਿਜ਼ੀਜ਼ ਸਟਾਰਟ ਹੁੰਦੀ ਹੈ, ਬੈਡ ਬ੍ਰੈਥ ਸ਼ੁਰੂ ਹੁੰਦੀ ਹੈ, ਕੈਵਿਟੀਜ਼ ਸ਼ੁਰੂ ਹੁੰਦੀਆਂ ਹੈ। ਸੋ ਇਫ ਵੀ ਆਲ ਇਨ ਆਰ ਕਮਿਊਨਿਟੀ ਕੈਨ ਸਟਾਰਟ ਕਲੀਨਿੰਗ ਦ ਟੀਥ ਇਨ ਬਿਟਵੀਨ ਦ ਟੂ ਟੀਥ ਲਾਈਕ ਦਿਸ, ਦੈਟ ਕੈਨ ਰਿਜ਼ੋਲਵ ਲੋਟ ਆਫ ਡੈਂਟਲ ਇਸ਼ੂਜ਼। ਐਂਡ ਮੈਨੀ ਟਾਈਮਸ ਵੀ ਸੇ ਕਿ ਉੱਥੇ ਇੰਡੀਆ 'ਚ ਤਾਂ ਕੋਈ ਵੀ ਨਹੀਂ ਫਲੋਸ ਕਰਦਾ, ਪਾਕਿਸਤਾਨ 'ਚ ਕੋਈ ਵੀ ਨਹੀਂ ਫਲੋਸ ਕਰਦਾ, ਬਟ ਦੈਟਸ ਵਾਈ ਵੀ ਲੂਜ਼ ਅਵਰ ਟੀਥ ਐਟ ਦ ਏਜ 70। ਸੋ ਇਫ ਯੂ ਵਾਂਟ ਟੂ ਕੈਰੀ ਯੋਰ ਟੀਥ ਵਿਦ ਯੂ ਆਲ ਦ ਵੇ ਟੂ 90-100 ਜਿੰਨੀ ਵੀ ਰੱਬ ਤੁਹਾਡੀ ਉਮਰ ਦੇਵੇ, ਯੂ ਨੀਡ ਟੂ ਸਟਾਰਟ ਕਲੀਨਿੰਗ ਲਾਈਕ ਦਿਸ ਬਿਟਵੀਨ ਦ ਟੀਥ। ਸੋ ਦਿਸ ਇਜ਼ ਅ ਪ੍ਰੋਸੀਜਰ ਯੂ ਨੀਡ ਟੂ ਡੂ ਐਵਰੀ ਡੇ ਯੂਰ ਸੈਲਫ, ਔਰ ਜਦੋਂ ਤੁਸੀਂ ਘਰ ਨੂੰ ਖੁਦ ਕਰੋਗੇ ਉਦੋਂ ਤੁਹਾਡੇ ਗਮ 'ਚ ਥੋੜ੍ਹੀ ਜਿਹੀ ਬਲੀਡਿੰਗ ਹੋਏਗੀ, ਇਟਸ ਓਕੇ। ਡੋਂਟ ਲੈਟ ਦ ਬਲੱਡ ਮੇਕ ਯੂ ਸਕੇਅਰਡ ਦੈਟ ਯੂ ਆਰ ਡੈਮੇਜਿੰਗ ਇਟ। ਫਸਟ ਫਿਊ ਡੇਜ਼ ਆਫ ਬਲੀਡਿੰਗ ਇਜ਼ ਆਲ ਰਾਈਟ, ਐਂਡ ਦੈਨ ਇਫ ਇਟਸ ਬਲੀਡਿੰਗ ਟੂ ਮੱਚ, ਤੁਸੀਂ ਆਪਣੇ ਡੈਂਟਿਸਟ ਕੋਲ ਜਦੋਂ ਜਾਂਦੇ ਹੋ ਉਹਨਾਂ ਨੂੰ ਕਹੋ ਕਿ ਇਸ ਜਗ੍ਹਾ ਤੋਂ ਬਲੀਡਿੰਗ ਜ਼ਿਆਦਾ ਹੋ ਰਹੀ ਹੈ, ਫਿਰ ਉਸ ਜਗ੍ਹਾ ਨੂੰ ਉਹ ਜ਼ਿਆਦਾ ਥੋੜ੍ਹਾ ਜਿਹਾ ਕਲੀਨ ਕਰ ਦੇਣਗੇ। ਪਰ ਤੁਹਾਨੂੰ ਉਸ ਲੈਵਲ 'ਤੇ ਪਹੁੰਚ ਜਾਣਾ ਪਵੇਗਾ ਜਿੱਦਾਂ ਸਵੇਰ ਨੂੰ ਆਪਣੇ ਘਰ ਕੋਈ ਗੈਸਟ ਆਉਂਦਾ ਹੈ, ਆਪਾਂ ਜਦ ਤੱਕ ਬਰੱਸ਼ ਨਹੀਂ ਕਰਦੇ ਆਪਾਂ ਉਹਨਾਂ ਨਾਲ ਗੱਲ ਨਹੀਂ ਕਰਦੇ। ਇਸ ਤਰ੍ਹਾਂ ਹੀ ਤੁਹਾਨੂੰ ਇਹ ਲੈਵਲ ਆਫ ਕੋਨਫੀਡੈਂਸ ਜਿਹੜਾ ਹੈ ਇਹ ਡੈਂਟਲ ਫਲੋਸ ਨਾਲ ਲਿਜਾਣਾ ਪਏਗਾ ਕਿ ਜਦ ਤੱਕ ਤੁਸੀਂ ਫਲੋਸ ਨਹੀਂ ਕੀਤੇ ਆਪਣੇ ਦੰਦ ਤਦ ਤੱਕ ਤੁਸੀਂ ਕਿਸੇ ਗੈਸਟ ਨਾਲ ਗੱਲ ਨਾ ਕਰ ਸਕੋ। ਸੋ ਯੂ ਹੈਵ ਟੂ ਰਿਮੈਂਬਰ ਦੈਟ ਦੇਰ ਆਰ ਸਰਟਨ ਏਰੀਆਜ਼ ਇਨ ਯੂਅਰ ਮਾਊਥ ਜਿੱਥੇ ਕਿ ਬਰੱਸ਼ ਨੇ ਹਾਲੇ ਚੰਗੀ ਤਰ੍ਹਾਂ ਕਲੀਨ ਨਹੀਂ ਕੀਤਾ, ਉੱਥੇ ਸਿਰਫ ਇਹ ਧਾਗਾ ਹੀ ਕੰਮ ਕਰ ਸਕਦਾ। ਇਹ ਸਿੰਪਲ ਧਾਗਾ ਡੈਂਟਲ ਫਲੋਸ ਜਿਹਨੂੰ ਕਿਹਾ ਜਾਂਦਾ ਹੈ, ਇਹਨੂੰ ਆਪਣੇ ਕੋਲ ਰੱਖੋ ਤਾਂ ਕਿ ਆਪਾਂ ਪੰਜਾਬੀ ਕਮਿਊਨਿਟੀ ਨੂੰ ਬੈਡ ਬ੍ਰੈਥ ਵਾਲੀ ਜਿਹੜੀ ਬਿਮਾਰੀ ਹੈਗੀ ਉਹ ਤੋਂ ਦੂਰ ਕਰ ਸਕੀਏ। ਆਪਣੀ ਇੰਡੀਅਨ ਕਮਿਊਨਿਟੀ, ਪਾਕਿਸਤਾਨ ਕਮਿਊਨਿਟੀ, ਵੀ ਨੀਡ ਟੂ ਗੈਟ ਰਿਡ ਆਫ ਬੈਡ ਬ੍ਰੈਥ ਇਸ਼ੂਜ਼ ਐਂਡ ਦਿਸ ਡੈਂਟਲ ਫਲੋਸ ਕੈਨ ਹੈਲਪ ਅਸ ਲੋਟ ਮੋਰ। ਵਿਦ ਮੀ ਇਜ਼ ਨਾਓ ਡਾਕਟਰ ਪਟੇਲ। ਡਾਕਟਰ ਪਟੇਲ, ਯੂ ਆਰ ਲਾਈਵ ਔਨ ਟੀ ਵੀ, ਕੈਨ ਯੂ ਸੇ ਫਿਊ ਮੋਰ ਵਰਡਸ ਰਿਗਾਰਡਿੰਗ ਡੈਂਟਲ ਫਲੋਸਿੰਗ ਐਂਡ ਓਰਲ ਹਾਈਜੀਨ ਪਲੀਜ਼। ਡਾਕ, ਯੂ ਹੈਵ ਸੈਡ ਇਟ ਸੋ ਪਰਫੈਕਟਲੀ। ਆਈ ਡੋਂਟ ਬਿਲੀਵ ਦੇਰ ਇਜ਼ ਐਨੀਥਿੰਗ ਐਜ਼ ਇੰਪੋਰਟੈਂਟ ਐਜ਼ ਫਲੋਸ। ਦੇਰ ਇਜ਼ ਅ ਸੇਇੰਗ, ਇਫ ਯੂ ਗੈਟ ਸਟਕ ਔਨ ਅ ਡਿਜ਼ਰਟਡ ਆਈਲੈਂਡ ਵਿਲ ਯੂ ਟੇਕ ਯੋਰ ਬ੍ਰਸ਼ ਔਰ ਯੋਰ ਫਲੋਸ? The correct answer is floss. Wow. I like that example. It is very important to floss. Like Dr. Pannu is saying, you know, we tend to think, we've grown up in India, we're not taught all this. But if you're brushing, you floss. Very simple. Thank you, Doc. Thanks, Doc. I'm closing. Lao ji, Baba ji. Dant motiyon jaise chamkaye. Chalo, Baba ji. Hun tuhanu aapan ajj ਇੱਕ ਵੱਖਰੇ ਕੁਜ਼ੀਨ 'ਤੇ ਲੈ ਕੇ ਚੱਲੇ ਹਾਂ, ਉੱਥੇ ਜਾ ਕੇ ਆਪਾਂ ਫਿਰ ਤੁਹਾਡੇ ਦੋਸਤਾਂ ਲਈ ਲਾਈਵ ਕਰਾਂਗੇ। ਹੁਣ ਜਾਂਦੇ ਜਾਂਦੇ ਮਾੜਾ ਜਿਹਾ ਜਿੱਦਾਂ ਤੁਸੀਂ ਆਪਣਾ ਕਲੋਜ਼ਿੰਗ ਸਟੇਟਮੈਂਟ ਕਰਦੇ ਹੋ, ਆਈ ਵੁੱਡ ਲਾਈਕ ਯੂ ਟੂ। ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਔਰ ਮੈਂ ਅੱਜ ਆਪਣੇ ਦੰਦ ਚਮਕਾ ਰਿਹਾ ਹਾਂ, ਅਤੇ ਤੁਸੀਂ ਜਦੋਂ ਜਦੋਂ ਮੈਂ ਬੋਲਾਂ ਕਰਾਂਗਾ ਮੇਰੇ ਚਮਕਦੇ ਦੰਦ ਦੇਖੋ ਅਤੇ ਪੰਨੂ ਡੈਂਟਲ ਗਰੁੱਪ ਨੂੰ ਨਾ ਭੁੱਲਿਓ। ਜਦੋਂ ਤੁਹਾਡਾ ਦਿਲ ਕਰੇ ਤਾਂ ਤੁਸੀਂ ਆਓ ਆਪਣੇ ਦੰਦ ਸਾਫ਼ ਕਰਾਓ ਫ੍ਰੀ ਮੌਂਟ ਵਾਲੇ ਆਫਿਸ ਦੇ ਵਿੱਚ, ਪੰਨੂ ਡੈਂਟਲ ਗਰੁੱਪ। ਥੈਂਕ ਯੂ।